ਪਿੰਡਾਂ ਦੇ ਵਿੱਚ ਵਪਾਰੀਆਂ ਦੇ ਵੱਲੋਂ ਬੰਦ ਦੀ ਕਾਲ ਦਾ ਅਸਰ ਦੇਖਣ ਨੂੰ ਮਿਲਿਆ ਹੈ। ਵਪਾਰੀਆਂ ਨੇ ਕਿਸਾਨਾਂ ਦੇ ਖਿਲਾਫ ਪ੍ਰਦਰਸ਼ਨ ਕੀਤਾ। ਇਸ ਵਿਚਾਲੇ ਵਪਾਰ ਮੰਡਲ ਦੇ ਵੱਲੋਂ ਵੀ ਚੇਤਾਵਨੀ ਦਿੱਤੀ ਗਈ ਹੈ। ਵਪਾਰੀਆਂ ਦਾ ਕਹਿਣਾ ਕਿ ਜੇ ਸਾਡੀ ਗੱਲ ਨਾ ਸੁਣੀ ਤਾਂ ਚੋਣਾਂ ਵਿੱਚ ਸਰਕਾਰ ਦਾ ਬਾਈਕਾਟ ਕਰਾਂਗੇ। ਲੰਘੇ ਦਿਨੀ ਬਰਨਾਲਾ ਦੇ ਵਿੱਚ ਕਿਸਾਨਾਂ ਅਤੇ ਵਪਾਰੀਆਂ ਵਿਚਾਲੇ ਹੋਈ ਝੜਪ ਦਾ ਮਾਮਲਾ ਕਾਫੀ ਗਰਮਾਇਆ ਹੋਇਆ, ਜਿਸ ਤੋਂ ਬਾਅਦ ਵਪਾਰੀ ਜਥੇਬੰਦੀਆਂ ਨੇ ਬੁੱਧਵਾਰ ਨੂੰ ਬਰਨਾਲਾ ਸ਼ਹਿਰ ਪੂਰਨ ਤੌਰ ਤੇ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਬਰਨਾਲਾ ਦੇ ਵਿੱਚ ਬੰਦ ਦਾ ਅਸਰ ਵੀ ਦਿਖਾਈ ਦਿੱਤਾ ਹੈ। ਬਰਨਾਲਾ ਦੇ ਸਮੂਹ ਵਪਾਰੀਆਂ ਵੱਲੋਂ ਇਕਜੁੱਟ ਹੋ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਦਰਅਸਲ ਕਿਸਾਨ ਯੂਨੀਅਨਾਂ ਵੱਲੋਂ ਨੌਜਵਾਨ ਨੂੰ ਇੰਗਲੈਂਡ ਭੇਜਣ ਦੇ ਮਾਮਲੇ ਨੂੰ ਲੈ ਕੇ ਇਮੀਗ੍ਰੇਸ਼ਨ ਏਜੰਟ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸੋਮਵਾਰ ਨੂੰ ਇਸ ਪ੍ਰਦਰਸ਼ਨ ਦੌਰਾਨ ਕਿਸਾਨ ਯੂਨੀਅਨ ਅਤੇ ਵਪਾਰੀ ਵਰਗ ਆਹਮੋ ਸਾਹਮਣੇ ਹੋ ਗਏ ਅਤੇ ਦੋਵਾਂ ਵਿਚਾਲੇ ਲਾਠੀਚਾਰਜ ਹੋਇਆ। ਕਿਸਾਨਾਂ ਵੱਲੋਂ ਕੀਤੇ ਹੰਗਾਮੇ ਕਾਰਨ ਵਪਾਰੀਆਂ ਨੂੰ ਹੋਏ ਨੁਕਸਾਨ ਨੂੰ ਲੈ ਕੇ ਵਪਾਰੀ ਜਥੇਬੰਦੀਆਂ ਨੇ ਬੁੱਧਵਾਰ ਨੂੰ ਬਰਨਾਲਾ ਸ਼ਹਿਰ ਬੰਦ ਕਰਨ ਦਾ ਸੱਦਾ ਦਿੱਤਾ ਸੀ। ਬੁੱਧਵਾਰ ਸਵੇਰ ਤੋਂ ਹੀ ਬਰਨਾਲਾ ਦੇ ਵਿੱਚ ਸਭ ਕੁਝ ਬੰਦ ਰਿਹਾ ਅਤੇ ਸ਼ਹਿਰ ਦੇ ਵਿੱਚ ਦੁਕਾਨਾਂ ਵੀ ਬੰਦ ਰਹੀਆਂ। ਮੈਡੀਕਲ ਸਟੋਰ ਸਿਰਫ ਐਮਰਜੈਂਸੀ ਸੇਵਾਵਾਂ ਦੇ ਲਈ ਖੋਲ੍ਹੇ ਗਏ। ਇਕੱਠੇ ਹੋਏ ਦੁਕਾਨਦਾਰ ਅਤੇ ਵਪਾਰੀ ਵਰਗ ਕਿਸਾਨ ਯੂਨੀਅਨਾਂ ਵੱਲੋਂ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਵਪਾਰੀਆਂ ਨੇ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹਨਾਂ 'ਤੇ ਲਾਠੀਆਂ ਨਾਲ ਹਮਲਾ ਕਰਨ ਵਾਲੇ ਕਿਸਾਨਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਕਿਸਾਨ ਆਪਣੇ ਮਸਲੇ ਛੱਡ ਕੇ ਕਾਨੂੰਨ ਦੀ ਪਾਲਣਾ ਕਰਨ। ਇਹ ਅੱਜ ਬਰਨਾਲੇ ਦੇ ਅੰਦਰ ਪੂਰਾ ਰੋਸ ਹੈ, ਕਿਉਂਕਿ ਸ਼ਹਿਰ ਵਾਸੀਆਂ ਦੇ ਅੰਦਰ ਜਿਹੜਾ ਧੱਕਾ ਹੋ ਰਿਹਾ ਹੈ, ਕਿਉਂਕਿ ਕਿਸਾਨ ਆਪਦੀ ਲੜਾਈ ਲੜਨਾ ਸੀ ਕਦੇ ਨਹੀਂ ਕਹਿੰਦੇ, ਪਰ ਜਿਹੜੀ ਲੜਾਈ ਇਹ ਵਪਾਰੀਆਂ ਦੇ ਉੱਤੇ ਹੋ ਗਏ, ਲੈਣ ਦੇਣ ਦੇ ਮਸਲਿਆਂ 'ਚ ਆਉਣ ਲੱਗ ਗਏ, ਇਹ ਬਹੁਤ ਮਾੜੀ ਘਟਨਾ ਹੈ। ਅੱਜ ਜਿਹੜਾ ਬੰਦ ਦਾ ਕਾਰਨ ਹੈ ਵਪਾਰੀਆਂ ਦਾ, ਵਪਾਰ ਮੰਡਲ ਵੱਲੋਂ, ਉਹ ਜਿਹੜਾ ਇਮੀਗ੍ਰੇਸ਼ਨ ਵਾਲਾ ਚੱਲਦਾ ਹੈ ਬੰਦ ਸਰਕਾਰ ਵਾਲਾ, ਉਹਦੇ ਸੰਬੰਧ 'ਚ ਹੈ। ਉਹਦੇ ਵਿੱਚ ਕਿਸਾਨ ਜਥੇਬੰਦੀ ਮਤਲਬ ਕਿ ਇਹਨਾਂ ਨਾਲ ਧੱਕਾ ਕਰਦੀ ਹੈ, ਨਜਾਇਜ਼ ਤੌਰ 'ਤੇ ਧਰਨੇ ਲਾਉਂਦੀ ਹੈ, ਅਤੇ ਤੰਗ ਪਰੇਸ਼ਾਨੀ ਦਾ ਚੱਲਦਾ। ਬੱਚੇ ਦੋਨੇ ਇੰਗਲੈਂਡ ਯੂਕੇ 'ਚ ਸੈੱਟ ਨੇ, ਆਪਦਾ ਕੰਮ ਕਰ ਰਹੇ ਨੇ, ਲੀਗਲ ਨੇ, ਲੇਕਿਨ ਉਹ ਜੋ ਪਤਾ ਲੱਗਿਆ ਸੂਤਰਾਂ ਤੋਂ ਵੀ ਉਹਨਾਂ ਨੇ ਉਹਨਾਂ ਤੋਂ ਨਾ ਕੋਈ ਪੈਸਾ ਦੀ ਸੈਟਿੰਗ ਕਰਕੇ ਫੇਰ ਧਰਨੇ ਲਾਉਂਦੇ ਆ। ਵਪਾਰੀਆਂ ਵੱਲੋਂ ਕਿਸਾਨ ਯੂਨੀਅਨਾਂ ਵੱਲੋਂ ਪ੍ਰਵਾਸੀ ਵਪਾਰੀਆਂ ਨੂੰ ਤੰਗ ਪਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਗਏ ਨੇ। ਉਹਨਾਂ ਦਾਅਵਾ ਕੀਤਾ ਹੈ 2-3 ਦਿਨ ਪਹਿਲਾਂ ਕਿਸਾਨਾਂ ਨੇ ਵਪਾਰੀਆਂ 'ਤੇ ਬੇਰਹਿਮੀ ਦੇ ਨਾਲ ਲਾਠੀਚਾਰਜ ਕੀਤਾ ਸੀ। ਇਹ ਕਿਸਾਨ ਯੂਨੀਅਨਾਂ ਵੱਲੋਂ ਵਪਾਰੀਆਂ ਵਿਰੁੱਧ ਕੀਤੀ ਜਾ ਰਹੀ ਧੱਕੇਸ਼ਾਹੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਜੇਕਰ ਇਮੀਗ੍ਰੇਸ਼ਨ ਦੇ ਕੰਮ 'ਚ ਕੋਈ ਵੀ ਕਮੀ ਹੈ ਤਾਂ ਉਸ 'ਤੇ ਕਾਰਵਾਈ ਕੀਤੀ ਜਾਵੇ। ਸਾਡਾ ਰੋਸ ਵਪਾਰੀਆਂ ਦਾ, ਜਿਹੜਾ ਸਮਾਜ ਦਾ ਰੋਸ ਆ, ਇਹ ਸਰਕਾਰ ਅਤੇ ਪ੍ਰਸ਼ਾਸਨ ਦੇ ਖਿਲਾਫ਼ ਆ, ਕਿਉਂਕਿ ਸਰਕਾਰ ਅਤੇ ਪ੍ਰਸ਼ਾਸਨ ਦੀ ਸਹਿਤ 'ਤੇ ਇਹ ਜਿਹੜੀ ਅਖੌਤੀ ਯੂਨੀਅਨਾਂ ਨੇ ਕਿਸਾਨਾਂ ਦੀਆਂ, ਉਹ ਲੱਗੀਆਂ ਹੋਈਆਂ ਨੇ। ਕਿਸਾਨਾਂ ਦਾ ਮੁੱਦਾ ਵਾ ਕਿਸਾਨੀ ਦਾ, ਕਿਸਾਨੀ ਦਾ ਮੁੱਦਾ ਤੁਸੀਂ ਕਰੋ, MSP ਦੀ ਮੰਗ ਕਰੋ, ਪਰਾਲੀ ਦੀ ਮੰਗ ਕਰੋ, ਜਿਹੜੀਆਂ ਮੰਗਾਂ ਕਰੋ, ਹਰ ਇੱਕ ਨੂੰ ਡਰਾਉਣਾ, ਧਮਕਾਉਣਾ, ਹਰ ਇੱਕ ਦੀ ਦੁਕਾਨ ਦੇ ਮੂਹਰੇ ਧਰਨੇ ਲਾਉਣਾ, ਘਰ ਦੇ ਮੂਹਰੇ ਧਰਨੇ ਲਾਉਣਾ, ਇਹ ਕਿਹੜੀ ਰਾਜਨੀਤੀ ਆ? ਜੇ ਤੁਸੀਂ ਰਾਜਨੀਤੀ ਕਰਨੀ ਆ, ਖੁੱਲ੍ਹ ਕੇ ਆਓ, ਵੋਟਾਂ 'ਚ ਆਓ, ਖੜੋ ਵੋਟਾਂ 'ਚ ਆ ਕੇ, ਪਰ ਇਸ ਤਰ੍ਹਾਂ ਦੀ ਵਪਾਰੀਆਂ ਨੂੰ ਡਰਾਉਣਾ, ਧਮਕਾਉਣਾ ਠੀਕ ਨਹੀਂ ਹੈ। ਦੱਸ ਦਈਏ ਕਿ ਬਰਨਾਲਾ ਦੇ ਵਿੱਚ ਕਿਸਾਨਾਂ ਅਤੇ ਵਪਾਰੀਆਂ ਵਿਚਾਲੇ ਹੋਈ ਝੜਪ ਤੋਂ ਬਾਅਦ ਵਪਾਰਕ ਸੰਗਠਨਾਂ ਨੇ ਮੰਗਲਵਾਰ ਨੂੰ ਹੰਗਾਮੀ ਮੀਟਿੰਗ ਬੁਲਾਈ ਸੀ। ਇਸ ਮੀਟਿੰਗ ਦੇ ਵਿੱਚ ਸਰਬਸੰਮਤੀ ਦੇ ਨਾਲ 15 ਮਈ ਨੂੰ, ਯਾਨੀ ਕਿ ਬੁੱਧਵਾਰ ਨੂੰ, ਬਰਨਾਲਾ ਸ਼ਹਿਰ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਸੀ। ਬਰਨਾਲਾ ਤੋਂ ਦਵਿੰਦਰ ਸਿੰਘ ਦੀ ਰਿਪੋਰਟ, ਜ਼ੀ ਮੀਡੀਆ।